ਕਰੋਨਾ ਵਾਇਰਸ ਨੂੰ ਪੂਰੇ ਵਰਲਡ ਦੇ ਵਿੱਚ ਮਹਾਂਮਾਰੀ ਐਲਾਨਿਆ ਗਿਆ ਹੈਗਾ, ਇਸ ਤੋਂ ਕਿਸ ਤਰ੍ਹਾਂ ਬਚਿਆ ਜਾਣਾ ਹੈਗਾ, ਕੀ ਸਾਵਧਾਨੀਆਂ ਵਰਤਣੀਆਂ? ਸਾਡੇ ਨਾਲ ਲੁਧਿਆਣਾ ਤੋਂ ਸਿਵਲ ਸਰਜਨ ਮੌਜੂਦ ਨੇ, ਗੱਲ ਕਰਾਂਗੇ ਇਹ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਨੇ, ਇਹ ਕੀ ਜਿਹੜੀ ਹੈ ਨੇ ਲੋਕ ਸਾਵਧਾਨੀਆਂ ਵਰਤਣ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਵਾਇਰਲ ਤੋਂ ਬਚਿਆ ਜਾ ਸਕੇ। ਡਾਕਟਰ ਸਾਹਿਬ, ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ, ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ, ਕਰੋਨਾ ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਸਾਵਧਾਨ ਰਹਿਣ ਦੀ ਲੋੜ ਹੈ। ਜੋ ਸਰਕਾਰ ਵੱਲੋਂ ਐਡਵਾਈਜ਼ਰੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਦਿੱਤੀ ਗਈ ਹੈ ਉਹਨੂੰ ਅਸੀਂ ਫੋਲੋ ਕਰੀਏ। ਇੱਕ ਹੋਰ ਮੈਂ ਲੋਕਾਂ ਨੂੰ ਅਪੀਲ ਕਰਦਾ, ਵਟਸਐਪ ਮੈਸੇਜ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਰੂਮਰਸ ਫੈਲਾਈਆਂ ਜਾ ਰਹੀਆਂ, ਗਲਤ ਮੈਸੇਜ ਪਾਏ ਜਾ ਰਹੇ ਹੈ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਜੇ ਤੁਹਾਨੂੰ ਕਿਸੇ ਕਿਸਮ ਦੀ ਸਿਹਤ ਸੰਬੰਧੀ ਤੁਹਾਨੂੰ ਕੋਈ ਸ਼ੱਕ ਸ਼ੁਬਾ ਅਤੇ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਅਸੀਂ ਹੈਲਪਲਾਈਨ ਨੰਬਰ ਦਿੱਤਾ ਹੋਇਆ, ਉਸ ਹੈਲਪਲਾਈਨ ਨੰਬਰ 'ਤੇ ਗੱਲ ਕਰਕੇ ਕਿਸੇ ਵੀ ਕਿਸਮ ਦੀ ਉਹਨਾਂ ਦੀ ਕੋਈ ਮਨ 'ਚ ਕੋਈ ਗਲਤ ਫਹਿਮੀ ਹੈ ਅਤੇ ਉਹਨੂੰ ਅਸੀਂ ਦੂਰ ਕਰਨ ਦੇ ਲਈ ਹੈਲਪ ਕਰਾਂਗੇ। ਨਾਲ ਦੇ ਨਾਲ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਲੋਕ ਬਾਹਰਲੇ ਦੇਸ਼ਾਂ 'ਚੋਂ ਜਿੱਥੇ ਬਿਮਾਰੀ ਬਹੁਤ ਜ਼ਿਆਦਾ ਕੋਮਨ ਹੈ, ਗ੍ਰਸਤ ਕਰ ਚੁੱਕੀ ਹੈ, ਉਹਨਾਂ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। 14 ਦਿਨ ਦਾ ਕੁਆਰੰਟਾਈਨ ਪੀਰੀਅਡ ਹੈ, ਉਹ ਬਿਲਕੁਲ ਆਪਣੇ ਘਰ ਅਲੱਗ ਕਮਰੇ ਵਿੱਚ ਰਹਿਣ, ਮਾਸਕ ਲਾ ਕੇ ਬੈਠਣ। ਜੇ ਕੋਈ ਉਹਨਾਂ ਦਾ ਹੋਰ ਪਰਿਵਾਰਕ ਜੀਅ ਜੋ ਹੈਲਦੀ ਹੈ ਉਹ ਮਾਸਕ ਪਾ ਕੇ ਜਾਂ ਨੱਕ ਮੂੰਹ 'ਤੇ ਰੁਮਾਲ ਬੰਨ੍ਹ ਕੇ ਇਹਨਾਂ ਨਾਲ ਗੱਲਬਾਤ ਕਰ ਸਕਦਾ, ਇਹਨਾਂ ਨੂੰ ਖਾਣਾ ਪਹੁੰਚਾਉਣਾ, ਇਹਨਾਂ ਦਾ ਐਂਟਰਟੇਨ ਕਰਨਾ, ਹੋਰ ਬੰਦੇ ਜ਼ਿਆਦਾ ਇਹਨਾਂ ਨਾਲ ਮਿਕਸਅਪ ਨਾ ਹੋਣ। ਇੱਕ ਮੈਂ ਹੋਰ ਅਪੀਲ ਕਰਨਾ ਚਾਹੁੰਦਾ, ਅਜਿਹੇ ਵਿਅਕਤੀ ਜਿਨ੍ਹਾਂ ਦੀ ਟਰੈਵਲ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਕੋਂਟੈਕਟ ਪੋਜ਼ੀਟਿਵ ਕੇਸਿਸ ਆਫ ਕਰੋਨਾ ਵਾਇਰਸ ਦੇ ਨਾਲ ਹੈਗਾ, ਉਹ ਕਰਾਊਡ ਦੇ ਵਿੱਚ ਨਾ ਜਾਣ। ਉਹਨਾਂ ਨੂੰ ਬੇਨਤੀ ਹੈ ਜੇ ਉਹ ਕਰਾਊਡ 'ਚ ਜਾਣਗੇ ਤਾਂ ਲੋਕਾਂ ਵਿੱਚ ਉਹਨਾਂ ਦਾ ਐਕਸਪੋਜ਼ਰ ਹੋਏਗਾ, ਕਿਉਂਕਿ 14 ਦਿਨ ਦਾ ਇੱਕ ਇਨਕੂਬੇਸ਼ਨ ਪੀਰੀਅਡ ਹੁੰਦਾ। ਜੇ 14 ਦਿਨ ਇਹ ਲੋਕ ਬਿਮਾਰ ਨਹੀਂ ਹੁੰਦੇ ਤਾਂ ਉਹ ਖਤਰੇ ਤੋਂ ਬਾਹਰ ਨੇ। ਸੋ ਅੱਜ ਕੱਲ੍ਹ ਆਮ ਲੋਕਾਂ 'ਚ ਦੇਖਣ ਆਇਆ ਖਾਂਸੀ, ਜ਼ੁਕਾਮ, ਬੁਖਾਰ, ਜਿਹੜਾ ਕਿ ਇੱਕ ਬੜੀ ਵਾਇਰਲ ਕੋਮਨ ਬਿਮਾਰੀ ਹੈ, ਉਹ ਚੇਂਜ ਆਫ ਵੈਦਰ ਦੇ ਨਾਲ ਹੁੰਦੀ ਵੀ ਹੈ। ਸੋ ਅਸੀਂ ਅਜਿਹੇ ਵਿਅਕਤੀਆਂ ਨੂੰ ਕਰੋਨਾ ਵਾਇਰਸ ਦੇ ਮਰੀਜ਼ ਨਾ ਸਮਝੀਏ। ਸੋ ਇਹਨਾਂ ਮਰੀਜ਼ਾਂ ਤੋਂ, ਫਲੂ ਦੇ ਮਰੀਜ਼ਾਂ ਤੋਂ ਅਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ 1 ਮੀਟਰ ਦਾ ਫਾਸਲਾ ਬਣਾ ਕੇ ਰੱਖੀਏ, ਉਹਨਾਂ ਨਾਲ ਹੈਂਡਸ਼ੇਕ ਨਾ ਕਰੀਏ, ਜੱਫੀ ਪਾ ਕੇ ਨਾ ਮਿਲੀਏ, ਦੂਰੋਂ ਹੀ ਨਮਸਤੇ, ਸਤਿ ਸ਼੍ਰੀ ਅਕਾਲ ਕਰੀਏ। ਅਤੇ ਅਜਿਹੇ ਵਿਅਕਤੀਆਂ ਨੂੰ ਵੀ ਮੈਂ ਅਪੀਲ ਕਰਦਾ ਉਹ ਕਰਾਊਡਡ ਪਲੇਸਿਸ ਦੇ ਵਿੱਚ, ਵਰਕ ਪਲੇਸ ਦੇ ਵਿੱਚ ਨਾ ਜਾਣ। ਸਕੂਲ ਦੇ ਵਿੱਚ ਵੀ ਅਸੀਂ ਐਡਵਾਈਜ਼ਰੀ ਇਸ਼ੂ ਕੀਤੀ ਹੈ, ਜੇ ਕਿਸੇ ਬੱਚੇ ਨੂੰ ਖਾਂਸੀ ਜ਼ੁਕਾਮ ਹੁੰਦਾ ਤਾਂ ਉਹਨੂੰ 7 ਦਿਨ ਦੀ ਰੈਸਟ ਦਿੱਤੀ ਜਾਵੇ, ਉਹ ਘਰ ਰਹੇ। ਇੱਥੋਂ ਤੱਕ ਵੀ ਕਿਹਾ ਹੋਇਆ ਉਹਨਾਂ ਤੋਂ ਮੈਡੀਕਲ ਲੀਵ ਦੀ ਛੁੱਟੀ ਲੈਣ ਦੀ ਵੀ ਲੋੜ ਨਹੀਂ ਹੈ। ਡਾਕਟਰ ਸਾਹਿਬ, ਲੁਧਿਆਣਾ ਦੇ ਵਿੱਚ ਜਿਹੜੀ ਲਿਸਟ ਭੇਜੀ ਗਈ ਸੀ ਵਿਦੇਸ਼ ਮੰਤਰਾਲੇ ਵੱਲੋਂ, ਉਹ ਕਿੰਨੇ ਦੀ ਲਿਸਟ ਸੀ, ਕਿੰਨਿਆਂ ਦਾ ਚੈੱਕਅਪ ਕੀਤਾ ਗਿਆ, ਕੀ ਉਹਦੀ ਰਿਪੋਰਟ ਆਈ ਹੈ? 480 ਵਿਅਕਤੀਆਂ ਦੀ ਲਿਸਟ ਆਈ ਹੈ, ਜਿਨ੍ਹਾਂ ਵਿੱਚ ਲਗਭਗ ਸਾਰੇ ਇਹ ਸਿਮਟੋਮੈਟਿਕ ਰਹੇ ਹੈ, ਔਰ ਇਹਨਾਂ ਦੀ ਅਸੀਂ ਕਿਸੇ ਦੀ ਜਾਂਚ ਕਰਨ ਦੀ ਲੋੜ ਨਹੀਂ ਪਈ। ਪਰ ਸਾਡੇ ਸਾਹਮਣੇ ਸਿਰਫ 3 ਮਰੀਜ਼ ਆਏ ਹੈ ਜਿਹੜੇ ਸਿਵਲ ਹਸਪਤਾਲ 'ਚ ਦਾਖਲ ਹੋਏ ਆ, ਉਹਨਾਂ ਦੇ ਅਸੀਂ ਸੈਂਪਲ ਲਏ ਆ ਅਤੇ ਉਹਨਾਂ ਦੇ ਸੈਂਪਲ ਵੀ ਨੈਗੇਟਿਵ ਆਏ। ਜਿਵੇਂ ਲੋਕ, ਹਰ ਲੋਕ ਜਿਹੜਾ ਹੈਗਾ ਮਾਸਕ ਲਾਈ ਫਿਰਦੇ ਨੇ, ਆਮ ਲੋਕ ਵੀ, ਉਹ ਪੈਨਿਕ ਕ੍ਰੀਏਟ ਹੁੰਦੀ, ਉਹਦੇ ਬਾਰੇ ਲੋਕਾਂ ਨੂੰ ਕੀ? ਜੋ ਵਿਅਕਤੀ ਬਿਲਕੁਲ ਤੰਦਰੁਸਤ ਨੇ, ਹੈਲਦੀ ਨੇ, ਉਹਨਾਂ ਨੂੰ ਮਾਸਕ ਪਾਉਣ ਦੀ ਕੋਈ ਲੋੜ ਨਹੀਂ ਹੈ। ਮਾਸਕ ਪਾਉਣ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ, ਲੋਕ ਡਰਦੇ ਨੇ। ਮੈਂ ਇੱਕ ਵਾਰ ਫਿਰ ਅਪੀਲ ਕਰੂੰਗਾ, ਅਸੀਂ ਜਦੋਂ ਵੀ ਬਾਹਰੋਂ ਘੁੰਮ ਫਿਰ ਕੇ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸੋਪ ਐਂਡ ਵਾਟਰ ਦੇ ਨਾਲ ਧੋਈਏ। ਇੱਕ ਹੋਰ ਅਪੀਲ ਕਰਨਾ ਚਾਹੁੰਦਾ, ਹੈਂਡ ਸੈਨੇਟਾਈਜ਼ਰ ਦੀ ਬਹੁਤ ਹੋੜ ਲੱਗੀ ਹੈ, ਹੈਂਡ ਸੈਨੇਟਾਈਜ਼ਰ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਕਈ ਤਰ੍ਹਾਂ ਦੇ ਹੈਂਡ ਸੈਨੇਟਾਈਜ਼ਰ ਮਿਲ ਰਹੇ ਹੈ, ਕਈ ਅਲਕੋਹਲ ਬੇਸਡ ਨਹੀਂ ਹੈਗੇ। ਸੋ ਉਹ ਅਜਿਹੇ ਸੈਨੇਟਾਈਜ਼ਰ ਦੀ ਬਜਾਏ ਅਸੀਂ ਸੋਪ ਐਂਡ ਵਾਟਰ ਦੇ ਨਾਲ ਚੰਗੀ ਤਰ੍ਹਾਂ 1 ਜਾਂ 2 ਮਿੰਟ ਲਾ ਕੇ ਹੱਥ ਧੋ ਲਈਏ ਅਤੇ ਇਹ ਬਿਮਾਰੀ ਸਾਨੂੰ ਨਹੀਂ ਆਏਗੀ। ਇਸ ਤੋਂ ਇਲਾਵਾ ਅਸੀਂ ਕਰੋਡਡ ਪਲੇਸਿਸ 'ਚ ਨਾ ਜਾਈਏ, ਫਲੂ ਵਾਲੇ ਕੇਸਿਸ ਤੋਂ 1 ਮੀਟਰ ਦਾ ਫਾਸਲਾ ਬਣਾ ਕੇ ਰੱਖੀਏ, ਉਹਨਾਂ ਨਾਲ ਹੈਂਡਸ਼ੇਕ ਨਾ ਕਰੀਏ, ਦੂਰੋਂ ਨਮਸਤੇ, ਸਤਿ ਸ਼੍ਰੀ ਅਕਾਲ ਕਹੀਏ। ਜਿਹੜੀ ਲਿਸਟ ਵਾਲੇ ਕੁਝ ਵਿਅਕਤੀ ਨਹੀਂ ਮਿਲੇ, ਉਹਦੀ ਵੀ ਕੋਈ ਲਿਸਟ ਜਾਰੀ ਕੀਤੀ ਗਈ, ਉਹਦੇ ਲਈ ਕੀ? ਲਿਸਟ ਜਾਰੀ ਕੀਤੀ ਗਈ ਹੈ ਜੇ ਪੁਲਿਸ ਵਿਭਾਗ ਕੋਲ ਲਿਸਟ ਚਲੇ ਗਈ ਹੈ, ਉਹਨਾਂ ਨੂੰ ਟਰੈਕ ਕਰਨਗੇ, ਟਰੈਕ ਕਰਨ ਤੋਂ ਬਾਅਦ ਜੋ ਵੀ ਸਾਨੂੰ ਫੀਡਬੈਕ ਦੇਣਗੇ ਉਹਦੇ ਹਿਸਾਬ ਨਾਲ ਅਸੀਂ ਅਗਲੀ ਕਾਰਵਾਈ ਕਰਾਂਗੇ। ਕਿਉਂਕਿ ਕੁਝ ਵਿਅਕਤੀ ਇਸ ਜ਼ਿਲ੍ਹੇ 'ਚੋਂ ਦੂਜੇ ਜ਼ਿਲ੍ਹੇ 'ਚ ਵੀ ਜਾ ਸਕਦੇ ਆ, ਉਹਨਾਂ ਦੀ ਜਦੋਂ ਸਾਨੂੰ ਲਿਸਟ ਆ ਜਾਏਗੀ ਅਸੀਂ ਨਾਲ ਦੇ ਜ਼ਿਲ੍ਹੇ ਦੇ ਜਾਂ ਜਿਸ ਜ਼ਿਲ੍ਹੇ ਵਿੱਚ ਇਹ ਵਿਅਕਤੀ ਗਏ ਨੇ ਉੱਥੋਂ ਦੇ ਸਿਵਲ ਸਰਜਨ ਨੂੰ ਇਹਨਾਂ ਦੇ ਐਡਰੈਸ, ਕੰਟੈਕਟ ਨੰਬਰ ਭੇਜਾਂਗੇ ਤਾਂ ਜੋ ਉਹਨੂੰ ਟਰੈਕ ਕਰਕੇ ਬੰਦੀ ਸਿਹਤ ਸਿੱਖਿਆ ਦੇ ਦੇਣ। ਅਤੇ ਪੁਲਿਸ ਨੂੰ ਲਿਖਿਆ ਹੈਗਾ ਜੀ ਕੁਛ, ਕੋਈ ਲੈਟਰ ਲਿਖਿਆ ਹੈਗਾ ਜਿਹਦੇ ਲਈ ਜਿਵੇਂ ਟਰੈਕ? ਜੀ ਜੀ ਜੀ, ਅਸੀਂ ਇਹ ਲੈਟਰ ਲਿਖ ਚੁੱਕੇ ਹਾਂ ਔਰ ਉਹਨਾਂ ਨੂੰ ਆਪਾਂ ਲਿਸਟ ਵੀ ਭੇਜ ਚੁੱਕੇ ਹਾਂ।
ਬਿਲਕੁਲ, ਜਿਹੜਾ ਸਿਵਲ ਸਰਜਨ ਲੁਧਿਆਣਾ ਦਾ ਇਹੀ ਕਹਿਣਾ ਹੈਗਾ ਇਸ ਕਰੋਨਾ ਵਾਇਰਸ ਤੋਂ ਜਿਹੜਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਸਾਵਧਾਨੀਆਂ ਵਰਤਣ ਦੀ ਲੋੜ ਆ ਤਾਂ ਜੋ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਅਗਰ ਇਸ ਤੋਂ ਕੋਈ ਵੀ ਪ੍ਰਭਾਵਿਤ ਹੈਗਾ, ਕਿਸੇ ਨੂੰ ਨਜ਼ਲਾ ਜ਼ੁਕਾਮ ਜੋ ਵੈਦਰ ਚੇਂਜ ਦੇ ਕਰਕੇ ਹੈਗਾ, ਉਹ ਥੋੜ੍ਹਾ ਸਾਵਧਾਨੀਆਂ ਵਰਤਣ ਤੋਂ ਦੂਰ ਰਿਹਾ ਜਾਵੇ। ਇਸ ਬਿਮਾਰੀ ਤੋਂ ਪੈਨਿਕ ਕਰਨ ਦੀ ਬਜਾਏ ਇਹ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।